ਜੰਤਰ ਕੇ ਬੋਲੋ ਜੀ ਇਕੱਠਾ ਕਰਕੇ ਇਹ ਬਹੁਤ ਨੂੰ ਵੀ ਪਰਿਵਰਤਨ ਆ।
ਚੱਕੋ ਫਿਰ ਕੋਈ ਭਾਂਡਾ ਲਿਆ ਪ੍ਰਾਂਤ ਲਈ ਪ੍ਰਾਂਤ ਚੱਕ ਲਓ ਥੱਲੇ ਕੋਈ ਨਾ ਘੁੰਮਣਾ ਹੀ ਹੈ ਜਿੱਤਾ ਮਾਰਿਓ ਖਰਾਬ ਬਾਕੀ ਥੱਲੇ ਤਾਂ ਹੋਈ ਥੱਲੇ ਤਾਂ ਕੋਲ ਹੀ ਨੇ ਹਾਂਜੀ ਉੱਥੇ ਜਾਣਾ ਇਕੱਠਾ ਕਰ ਲਓ ਇੱਕ ਨਹੀਂ ਕਰੋ ਭਾਂਡਾ ਕੋਈ ਹੋਰ ਨੇ ਬਾਲਟੀ ਚੱਕ ਲਿਆ ਜੱਗ ਚ ਪਾਓ ਬਾਅਦ ਚ ਉੱਥੇ ਕਰ ਦਾਂਗੇ ਬਾਅਦ ਚ ਥੋੜਾ ਟੇਡਾ ਕਰਕੇ ਗਲਾਸ ਨਾ ਪਾਈ ਜਾਂਦੇ ਕੁਛ ਨੀ ਹਾਂ ਦੁੱਧ ਚ ਪਾ ਕੇ ਫੇਰ ਨਹੀਂ ਪਾਲਾ ਨੀ ਚਿੱਟੇ ਹੋ ਗਿਆ ਨਹੀਂ ਉਹ ਦੁੱਧ ਥੋੜਾ ਘੱਟ ਕਰ ਲਓ ਲਿਆਓ
ਪਾਣੀ ਆ ਪਾ ਲੈ ਤੇਰਾ ਹੋਰ ਸਾਫ਼ ਕਰ ਸੜਦੇ ਚੜਦੇ ਮੁੰਡੇ ਆ ਜਾ ਬਤੂਰੇ ਬੱਚੇ ਪਾਉਣੇ ਬਾਅਦ ਚ ਧੋਣੇ ਵੀਰੇ ਚੰਗੀ ਤਰ੍ਹਾਂ ਹਾਂ ਇਹਦੇ ਵਿੱਚ ਧੋਵਾਂਗੇ ਪਤਾ ਕੀ ਗੱਲ ਆ ਉਹ ਫਿਰ ਵਿੱਚ ਲੱਗਦੇ ਸੀ ਹੋਰ ਨਾ ਕਹਿ ਜਾ ਚੱਕੋ ਹੁਣ ਧੋਤੇ ਉੱਪਰ ਧੋਇਆ ਪਾਉਣੇ ਮੈਨੂੰ ਪਤਾ ਉਹਦੀ ਵੀ ਗਲੀ ਕੱਢਣੀ ਪੈਣੀ ਹੈ ਗਲੀ ਕੱਢਣੀ ਪੈਣੀ ਇਹਨੂੰ ਧੋ ਦਈਏ ਚੰਗੀ ਤਰ੍ਹਾਂ ਆਪਾਂ ਆਈ ਇਹ ਨਹੀਂ ਨਿਕਲਣਾ ਕੱਢਿਓ ਵਿੱਚੋਂ ਹੱਥ ਮੇਰੇ ਗਿੱਲੇ ਆ ਬਾਬਾ ਜੀ ਇਹਨੂੰ ਖੋਲ ਲਿਓ ਕਿਸੇ ਕੋਲ ਮਾੜੀ ਜਿਹੀ ਕਰਨ ਹੈਗੀ ਸੂਈ ਬਾਅਦ ਪਾ ਲਾਂਗੇ ਆਪਾਂ ਨਾਲ ਪਾ ਲਾਂਗੇ ਇਹਨੂੰ ਨਾਲ ਲੈ ਜਾਂਗੇ ਪਾ ਦੇ ਚੱਲਦੇ ਦੂਜੇ ਨੋਟ ਦੂਜੇ ਨੋਟ ਪਾ ਦੇ ਇਹਨੂੰ ਬਾਅਦ ਚ ਪਾ ਲੇ ਉੱਚੀ ਦੇ ਜਾਣੇ ਤੂੰ ਪਾ ਦੇ ਥੱਲੇ ਗਲੀ ਕੱਢੀ ਜਾਂਦੇ ਪਾ ਦੇ ਮੇਰੀ ਗਲੀ ਕੱਢੀ ਜਾਂਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪ
ਆਪਾਂ ਨਾਲ ਪਾ ਲਾਂਗੇ ਉਹਦੇ, ਇਹ ਲੋੜ ਨਹੀਂ ਆਉਣੀ, ਇਹ ਚ ਨਹੀਂ ਲੋੜ ਆਉਣੀ, ਸਾਰੀਆਂ ਕੜਾ ਵਿੱਚ ਰਹਿਣ ਦੋ, ਇਹ ਨਾਲ ਲਾਵਾਂਗੇ ਜਾਂ ਜਲ ਪ੍ਰਵਾਹ ਕਰਾਂਗੇ ਨਾ, ਸੱਤ ਜੀ ਮੱਤ ਉਹਦੇ ਉੱਪਰ ਪਾਇਓ, ਸਤ ਨਾਮ ਵਾਹਿਗੁਰੂ, ਵਾਹਿਗੁਰੂ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਗਲੀ ਐ ਚ ਵੀ ਕੱਢਦਾ ਗਲੀ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਇੱਕ ਮਿੰਟ ਆਉਣਾ ਮੈਂ, ਇਹਨੂੰ ਲੰਬੀ ਕਰ ਲਓ, ਦੂਏ ਲੋਟ ਥੱਲੇ ਨੂੰ ਥੱਲੇ ਉੱਪਰ ਨੂੰ ਕਰ ਬੜਾ ਖਿੱਚ ਕੇ ਰੱਖਿਓ ਜੀ, ਇੱਧਰ ਵੀ ਮਾੜਾ ਗੱਠ ਦੇ ਦੋ, ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਕਾਰ ਉਗਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਚਾਂ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੋਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਪਾਇਆ ਤੁਰਿ ਗਾਉ ਸੇ ਨਾ ਮਾਰਿ ਕਹਿ ਲਾਗੇ ਕਹਿ ਨਾਨਕ ਕੈਸ ਹੋਵਾ ਜਿਤ ਘਰ ਅਨਾਦ ਵਾਜੇ ਅਨੰਦ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਸੂਰੇ ਦੂਤ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤ ਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੁਆਏ ਦਾਈ ਦਾਇਆ ਖਿਲੈ ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਕਰਮੀ ਆਪਣੀ ਨੇੜੇ ਨੀ ਨਾਮ ਦਿਆਇਆ ਗਏ ਮਸਕਤ ਨਾਨਕ ਤੇ ਮੁਕਿਓ ਚੇਲੇ ਕਿਤੇ ਛੁੱਟੇ ਜਿਨੇ ਨਾਮ ਦਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਠਾਕੁਰ
ਕਰ ਲਵਾ ਭਾਈ। ਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਈ ਅਰਜਨ ਹਰ ਗੋਬਿੰਦ ਲਾਓ ਸਿਮਰਾਓ ਸ੍ਰੀ ਹਰਿ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਸਭ ਕੁਛ ਜਾਈ ਏਕ ਬਹਾਦਰ ਸਿਮਰਿਆ ਕਰਨੌਣ ਕਾ ਵੈ ਧਾਈ ਸਭ ਥਾਈ ਹੋਈ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਾਹਿਬਾਂ ਦੀ ਗੋਦ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਸੂਪਿਆਂ ਹੱਡੀਆਂ ਕੱਬੀਆਂ ਜੱਪੀਆਂ ਜਿਹਨਾਂ ਨਾਮ ਜਪਿਆ ਵੰਡ ਛੱਡਿਆ ਦੀਪ ਚਲਾਈ ਤੀਰ ਵਾਈ ਲੇਖ ਸੁਣਦੇ ਅੰਮ੍ਰਿਤ ਕੀਤਾ ਇਹਨਾਂ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਗੁਰਦੁਆਰਿਆਂ ਦੀ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਵੀ ਅੰਤਰ ਵੀ ਬੋਲੋ ਜੇ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆਂ ਰਿਆਇਤ ਦੇਖ ਦੇਖ ਸਕੇ ਵਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾਰ ਜੀਓ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਦਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਹੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਧੰਨ 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 ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨਾਂ ਕਮਲਾਂ ਦੀ ਅਰਦਾਸ ਬੇਨਤੀ ਹੈ ਪਾਤਸ਼ਾਹ
ਆਪ ਕੀਤਾ ਪ੍ਰਮਾਣ ਹੈ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਨਾਇਨ, ਹਰ ਸਿਮਰਨ ਮਿਲਾਏ, ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮਿਲਿਆ ਦੇ ਮਹਾਂਵਾਕ ਅਨੁਸਾਰ ਪਾਤਸ਼ਾਹ ਜੀਓ। ਆਪ ਜੀ ਦੇ ਧਰਮ ਘਰੋਂ ਵਰਗ ਸਾਹਿਬ ਮਹਾਂਪੁਰਸ਼ ਸ੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਜਗ ਸਿੰਘ ਜੀ, ਜਿਨ੍ਹਾਂ ਨੂੰ ਪਾਤਸ਼ਾਹ ਜੀ ਆਪ ਜੀ ਨੇ ਸਮੁੱਚੀ ਮਨੁੱਖਤਾ ਦੇ ਭਲੇ ਦੇ ਲਈ, ਸੰਸਾਰ ਦੇ ਭਲੇ ਦੇ ਲਈ ਇਸ ਮਾਤਮੁਖ ਤੇ ਭੇਜਿਆ। ਪਾਤਸ਼ਾਹ ਜੀ ਮਹਾਂਪੁਰਸ਼ਾਂ ਦੀ ਉਹ ਡਿਊਟੀ ਲਾਈ, ਆਪ ਜੀ ਦੀ ਮਿਹਰ ਦੇ ਸਦਕਾ ਪਾਤਸ਼ਾਹ ਜੀ ਉਹ ਮਹਾਂਪੁਰਸ਼ਾਂ ਦੇ ਵੱਲੋਂ ਸੱਚੇ ਪਾਤਸ਼ਾਹ ਜੀ ਮਨੁੱਖਤਾ ਦੇ ਪਰਉਪਕਾਰ ਕਰਦੇ ਆ, ਇਹ ਸੰਸਾਰ ਦਾ ਭਲਾ ਕਰਦੇ ਸੱਚੇ ਪਾਤਸ਼ਾਹ ਜੀ, ਜਿੰਨੇ ਵੀ ਆਪ ਜੀਆਂ ਨੇ ਉਹਨਾਂ ਨੂੰ ਸਵਾਸਾਂ ਰੂਪੀ ਪੂੰਜੀ ਬਖਸ਼ੀ, ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਪਾਤਸ਼ਾਹ ਜੋ ਕਿ ਕੱਲ ਸਰੀਰ ਰੂਪੀ ਟੋਲੇ ਨੂੰ ਛੱਡ ਗਏ ਸਨ, ਅੱਜ ਉਹਨਾਂ ਦੇ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਗਈ। ਉਪਰੰਤ ਪਾਤਸ਼ਾਹ ਜੀ ਉਹ ਸਮੂਹ ਸੰਗਤਾਂ ਦੇ ਵੱਲੋਂ, ਸਮੂਹ ਪਰਿਵਾਰ ਦੇ ਵੱਲੋਂ, ਮਹਾਂਪੁਰਸ਼ਾਂ ਦੇ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਜੋ ਕਿ ਮਹਾਂਪੁਰਸ਼ਾਂ ਦੇ ਅੰਤਮ ਅਰਦਾਸ ਨੂੰ ਰੱਖਦੇ ਉਹਨਾਂ ਦੀ ਯਾਦ ਦੇ ਵਿੱਚ ਆਪ ਜੀ ਦੇ ਪਾਵਨ ਔਰ ਪਵਿੱਤਰ ਅਸਥਾਨਾਂ ਤੇ ਆਪ ਜੀ ਦੀ ਪਾਵਨ ਬਾਣੀ, ਆਪ ਜੀ ਦੀ ਰੱਬੀ ਬਾਣੀ ਦੇ ਸਮੂਹ ਸੰਗਤਾਂ ਦੇ ਵੱਲੋਂ, ਸਮੂਹ ਮਹਾਂਪੁਰਸ਼ਾਂ ਦੇ ਵੱਲੋਂ, ਸਮੂਹ ਪਰਿਵਾਰ ਦੇ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾ ਰਹੇ ਹਨ ਜੀ। ਆਪ ਜੀ ਦੀ ਮਿਹਰ ਕਰਨੀ, ਕਿਰਪਾ ਕਰਨੀ, ਆਪਣੇ ਬੱਚਿਆਂ ਨੂੰ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਜੀ, ਸਮੂਹ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਸਮੂਹ ਸੰਗਤਾਂ ਨੂੰ ਮਹਾਂਪੁਰਸ਼ਾਂ ਦੇ ਪਾਏ ਪੂਰਨਿਆਂ ਦੇ ਚਰਨ ਦੀ ਸਮਰੱਥਾ ਬਖਸ਼ਣੀ। ਪਾਤਸ਼ਾਹ ਕਿਰਪਾ ਕਰਿਓ, ਮਹਾਂਪੁਰਸ਼ਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਜੋੜ ਕੇ ਰੱਖਿਓ। ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜਿੰਨੀ ਵੀ ਸੰਗਤ ਹਾਜ਼ਰ ਹੈ, ਹਾਜ਼ਰੀ ਪ੍ਰਵਾਨ ਕਰਨੀ ਜੀ, ਸ੍ਰੀ ਸਹਿਜ ਪਾਠ ਸਾਹਿਬ ਦੀ ਉਪਤਨ ਮੁਖ ਰੱਖਦੇ ਪਾਵਨ ਬਾਣੀ, ਰੱਬੀ ਬਾਣੀ ਅਨੰਦ ਸਾਹਿਬ ਦੇ ਜਾਪ ਕੀਤੇ ਗਏ ਪਾਵਨ ਬਾਣੀ ਦੇ ਜਾਪ ਕਰਦੇ ਹੋਈਆਂ ਗਈਆਂ ਧੁਨਾਂ ਦੀ ਖਿਮਾ ਕਰਨੀ, ਸ੍ਰੀ ਸਹਿਜ ਪਾਠ ਸਾਹਿਬ ਦੀ ਉਪਤਨ ਮੁਖ ਰੱਖਦੇ ਆ ਪਾਵਨ ਹਜ਼ੂਰੀ ਦੇ ਵਿੱਚ ਕੜਾਹ ਪ੍ਰਸਾਦ ਸੱਜ ਕੇ ਹਾਜ਼ਰ ਹੈ। ਆਪ ਜੀ ਦੇ ਦਰ ਤੇ ਦਰ ਪ੍ਰਵਾਨ ਹੋ ਗਏ, ਜੋ ਛਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪ ਕੇ ਮਿਹਰ ਕਰੋ, ਕਿਰਪਾ ਕਰੋ ਜੀ, ਕੀਤੀ ਅਰਦਾਸ ਬੇਨਤੀ ਪ੍ਰਵਾਨ ਕਰਨਾ, ਅਰਦਾਸ ਬੇਨਤੀ ਕਰਦੇ ਹੋਈਆਂ ਗਏ ਧੁਨਾਂ ਦੀ ਖਿਮਾ ਕਰਨੀ, ਆਪ ਜੀ ਆਪਣੇ ਇਲਾਹੀ ਨੂੰ ਸੁਣਾ ਕੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਰੱਖੋ। ਅੱਖਰ ਵੱਧਦਾ ਘਾਟਾ ਭੁਜਕ ਨੂੰ ਆਪ ਕਰਨਾ, ਸਰਬੱਤ ਦੇ ਕਾਰਜ ਨਾਸ ਕਰਨੇ, ਸਹੀ ਪੈਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਅਗਲਾ ਭਈਏ ਕਾਲ ਕਰੇ ਸਭ ਸਿਖਣ ਕੋ ਹੁਕਮ ਹੈ, ਗ੍ਰੰਥ ਮੰਨਿਓ ਕਮਲ ਵੋਚ ਹੈ, ਰਾਜ ਕਰੇਗਾ ਖਾਲਸਾ।
ਵਾਹਿਗੁਰੂ ਸਾਹਿਬ ਜੀ ਗੁਰਮੁਖ ਜਨਮ ਸਵਾਰ ਦਰ ਗਏ ਚਲਿਆ ਸੱਚੇ ਦਰ ਗਏ ਜਾਏ ਨਾਨਕ ਨਾਮ ਮਨ ਪਾਵੇ
ਕਰ ਕਿਰਪਾ ਜਿਹੋ ਮਿਲਾਰੇ ਮਹਿਲ ਹਰ ਪਾਵੇ ਜੀਓ।
ਸਦਾ ਲਈ ਛੱਡ ਕੇ ਉਹ ਸੱਚੀ ਦਰਗਾਹ ਦੇ ਵਿੱਚ ਜਾ ਬਰਾਜੇ ਨੇ। ਅੱਜ ਉਹਨਾਂ ਦੇ ਅੰਗੀਠੇ ਦੀ ਸਾਂਭ ਸੰਭਾਲ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਾਰਾਜ, ਅੰਗੀਠਾ ਸਾਹਿਬ ਵਾਲੇ, ਮਸਤਵਾਲਾ ਸਾਹਿਬ ਵਾਲਿਆਂ ਦੇ ਹੁਕਮ ਦੇ ਅਨੁਸਾਰ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਕੀਤੇ ਗਏ ਹੈ। ਉਹਨਾਂ ਦੇ ਨਾਲ ਹੋਰ ਸਾਧੂ ਸੰਤ ਮਹਾਤਮਾ ਮਹਾਂਪੁਰਸ਼ਾਂ ਨੇ ਅਤੇ ਮਾਨਯੋਗ ਇਹ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਨਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਸਹਿਯੋਗ ਦੇ ਕੇ ਕੀਤੇ ਗਏ ਅੰਗੀਠਾ ਸਾਹਿਬ ਦੀ ਸੰਭਾਲ। ਸੋ ਹੁਣ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 7 ਮਈ ਦਿਨ ਮੰਗਲਵਾਰ ਇਸੇ ਅਸਥਾਨ ਦੇ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀ, ਉਹਨਾਂ ਦਾ ਦੁਸਹਿਰਾ ਸਮਾਗਮ ਹੈ ਜਿਹੜਾ, ਉਹ ਆਪਾਂ ਸਾਰਿਆਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਹਾਜ਼ਰ ਹੋ ਕੇ ਸਰਧਾ ਦੇ ਫੁੱਲ ਭੇਟ ਕਰਨੇ ਨੇ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ 7 ਮਈ ਦਿਨ ਮੰਗਲਵਾਰ ਨੂੰ ਇਹ ਅਸਥਾਨ 'ਤੇ ਪਹੁੰਚ ਕਰਕੇ ਹਰੀ ਜਸ ਕੀਰਤਨ ਵੀ ਆਪਾਂ ਨੇ ਸਰਵਣ ਕਰਨਾ ਹੈ ਅਤੇ ਮਹਾਂਪੁਰਸ਼ਾਂ ਦੇ ਕਮਾਏ ਹੋਏ ਪ੍ਰਵਚਨ ਵੀ ਆਪਾਂ ਨੇ ਸਰਵਣ ਕਰਨੇ ਨੇ ਅਤੇ ਮਹਾਂਪੁਰਸ਼ਾਂ ਨੂੰ, ਸੰਤ ਬਾਬਾ ਜੰਗ ਸਿੰਘ ਜੀ ਮਹਾਂਪੁਰਸ਼ਾਂ ਨੂੰ ਸਰਧਾ ਦੇ ਫੁੱਲ ਭੇਟ ਵੀ ਕਰਨੇ ਨੇ। ਇੱਕ ਭਾਈ ਕਿਸੇ ਗੁਰਮੁਖ ਵੀਰ ਦਾ ਮੋਬਾਇਲ ਗਿਰਿਆ ਹੈਗਾ, ਉਹ ਭਾਈ ਭੁਪਿੰਦਰ ਸਿੰਘ ਜੀ ਤੋਂ ਉਹ ਆਪਾਂ ਪ੍ਰਾਪਤ ਕਰ ਸਕਦੇ ਹਾਂ। ਤੋ ਨਾਲ ਸਾਰਿਆਂ ਨੂੰ ਬੇਨਤੀ ਹੈ ਕਿ 7 ਮਈ ਸਾਰਿਆਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ 7 ਮਈ ਦਿਨ ਮੰਗਲਵਾਰ ਨੂੰ ਉਹਦੇ ਦੁਸਹਿਰਾ ਸਮਾਗਮ ਹੈ। ਭੋਗ ਦਾ ਸਮਾਂ 10 ਵਜੇ ਤੋਂ ਲੈ ਕੇ 1 ਵਜੇ ਤੱਕ ਹਰੀ ਜਸ ਕੀਰਤਨ ਹੋਵੇਗਾ। ਸੰਤ ਬਾਬਾ ਸੁਰਜੀਤ ਸਿੰਘ ਜੀ ਮਹਾਂਪੁਰਸ਼, ਉਹਨਾਂ ਦੀ ਯੋਗ ਅਗਵਾਈ ਦੇ ਵਿੱਚ, ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਪੁਰਸ਼ਾਂ ਦੀ ਰਹਿਨਮਾਈ ਦੇ ਹੇਠ ਸਾਰੀਆਂ ਸਿੱਖ ਸੰਗਤਾਂ ਨੂੰ ਭਾਈ ਬੇਨਤੀ ਹੈ, ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਸ਼ ਵੀ ਪਹੁੰਚਣਗੇ ਅਤੇ ਜੋ ਮਹਾਂਪੁਰਸ਼ਾਂ ਦਾ ਅੰਗੀਠੇ ਦੀ ਸਾਂਭ ਸੰਭਾਲ ਜੋ ਅੱਜ ਆਪਾਂ ਕੀਤੀ ਹੈਗੀ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਭੋਗ ਤੋਂ ਬਾਅਦ ਕੀਰਤਪੁਰ ਸਾਹਿਬ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਪਾਂ ਭੋਗ ਤੋਂ ਬਾਅਦ ਇੱਥੋਂ ਇਸ ਅਸਥਾਨ ਤੋਂ ਕੀਰਤਪੁਰ ਸਾਹਿਬ ਮਹਾਂਪੁਰਸ਼ਾਂ ਦਾ ਜੋ ਅੰਗੀਠਾ ਹੈਗਾ ਉਹ ਆਪਾਂ ਉੱਥੇ ਜਲ ਪ੍ਰਵਾਹ ਕਰਕੇ ਆਉਣਾ ਹੈਗਾ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਜਿਹੜੀ ਅੰਗੀਠਾ ਸਾਹਿਬ ਇੱਥੋਂ ਲੈ ਕਰਕੇ ਜਾਣਾ ਨਗਰ ਕੀਰਤਨ ਦੇ ਰੂਪ ਦੇ ਵਿੱਚ, ਉਹਦੀ ਜੋ ਤਰੀਕ ਹੈਗਾ, ਸਮਾਂ ਹੈਗਾ, ਉਹ ਭੋਗ ਵਾਲੇ ਦਿਨ ਆਪਾਂ ਅਨਾਊਂਸ ਕਰਾਂਗੇ। ਮਹਾਂਪੁਰਸ਼ਾਂ ਵੱਲੋਂ ਹੁਕਮਨਾਮਾ ਆਇਆ ਹੈਗਾ ਜੀ। ਸੋ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਥੋੜ੍ਹਾ ਆਪਾਂ ਕੜਾਹ ਪ੍ਰਸ਼ਾਦ ਪਾਣੀ, ਲੰਗਰ ਪਾਣੀ, ਕੜਾਹ ਪ੍ਰਸ਼ਾਦ ਹੁਣ ਦੇ ਗੇਟ 'ਤੇ ਵਰਤਾਇਆ ਜਾ ਰਿਹਾ ਹੈਗਾ ਜੀ ਅਤੇ ਉਸ ਤੋਂ ਉਪਰੰਤ ਸਾਰੀਆਂ ਸਿੱਖ ਸੰਗਤਾਂ ਨੇ ਪ੍ਰਸ਼ਾਦਾ ਪਾਣੀ ਛਕ ਕਰਕੇ ਫਿਰ ਵਾਹਿਗੁਰੂ ਦਾ ਉਚਾਰ ਕਰਦੇ ਆ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇਗੇ ਜੀ। ਅਤੇ ਮੈਂ ਬੇਨਤੀ ਕਰਦਾ ਮੈਂ ਦੁਬਾਰੇ ਫਿਰ ਕਿ ਅੱਜ ਕੱਲ੍ਹ ਵੀ ਬਾਬਾ ਜੀ ਮਹਾਂਪੁਰਸ਼ਾਂ ਨੇ ਇਹ ਅਸਥਾਨ 'ਤੇ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਾਂਪੁਰਸ਼ਾਂ ਦੀ ਜੋ ਅਗਵਾਈ ਦੇ ਵਿੱਚ ਜੋ ਸੰਦੇਸ਼ ਬਾਬਾ ਦਰਸ਼ਨ ਸਿੰਘ ਜੀ ਮਹਾਂਪੁਰਸ਼ ਲੈ ਕਰਕੇ ਆਏ ਸਨ,
ਕਿ ਅੱਜ ਤੋਂ ਬਾਅਦ ਬਾਬਾ ਮਨਪ੍ਰੀਤ ਸਿੰਘ ਜੀ ਇਹ ਅਸਥਾਨ ਦੇ ਮੁੱਖ ਸੇਵਾਦਾਰ ਹੋਣਗੇ। ਆਪਾਂ ਨੇ ਹੁਣ ਗੁਰਮੁਖ ਪਿਆਰਿਓ ਜੋ ਵੀ ਕਾਰਜ ਜਿਵੇਂ ਵੀ ਪਹਿਲਾਂ ਕਰਦੇ ਰਹੇ ਹੋ ਨਾ, ਸੰਤ ਬਾਬਾ ਜਗ ਸਿੰਘ ਜੀ ਨੂੰ ਮਿਲ ਕੇ ਅੱਜ ਤੋਂ ਬਾਅਦ ਉਵੇਂ ਹੀ ਕਾਰਜ ਸਾਰੇ ਆਪਾਂ ਨੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਬਾਬਾ ਮਨਪ੍ਰੀਤ ਸਿੰਘ ਜੀ ਤੋਂ ਯੋਗ ਸੇਧ ਲੈ ਕਰਕੇ ਚੱਲਣ ਦੀ ਕਿਰਪਾਲਤਾ ਕਰਨੀ ਹੈ। ਸੋ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਮਹਾਂਪੁਰਸ਼ਾਂ ਵੱਲੋਂ, ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਂਪੁਰਸ਼ ਅਤੇ ਸੰਤ ਬਾਬਾ ਮਨਪ੍ਰੀਤ ਸਿੰਘ ਜੀ ਸਾਰੀਆਂ ਸਿੱਖ ਸੰਗਤਾਂ ਦਾ ਉਹਨਾਂ ਵੱਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।